ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਬੈਠਾ ਜੀ ਚੰਡੀਗੜ੍ਹ ਰੈਫਰਸ ਐਡੂਸਿਟੀ ਦੇ ਚੰਡੀਗੜ੍ਹ ਆਫਿਸ ਦੇ ਵਿੱਚ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ, ਅਸੀਂ ਪਿਛਲੇ ਥੋੜ੍ਹੇ ਟਾਈਮ ਤੋਂ ਕੁਛ ਉਹ ਵੀਜ਼ਾਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਮੈਂ ਸਪੈਸੀਫਿਕਲੀ, ਜਿਹੜੇ ਬੱਚਿਆਂ ਦੇ ਇੱਕ ਵਾਰ, ਦੋ ਵਾਰ, ਤਿੰਨ ਵਾਰ ਵੀਜ਼ੇ ਰਿਜੈਕਟ ਹੋਣ ਤੋਂ ਬਾਅਦ ਰੈਫਰਸ ਐਡੂਸਿਟੀ ਦੇ ਵਿੱਚ ਆ ਕੇ ਵੀਜ਼ਾਸ ਲਗਵਾਏ। ਸੋ ਉਸੇ ਕੜੀ ਦੇ ਅੰਤਰਗਤ ਇੱਕ ਹੋਰ ਅੱਜ ਬੇਟੀ ਮੇਰੇ ਕੋਲ ਬੈਠੀ ਹੋਈ ਹੈ ਜੀ, ਪ੍ਰਭਜੋਤ ਕੌਰ ਟਿਵਾਣਾ, ਬਠਿੰਡਾ ਤੋਂ ਨੇ ਜੀ ਇਹ ਪ੍ਰਭਜੋਤ ਕੌਰ ਟਿਵਾਣਾ। ਇਹ ਬੱਚੀ ਵੀ ਪਹਿਲਾਂ ਵੀਜ਼ਾ ਇਹਦਾ ਰਿਜੈਕਟ ਹੋ ਚੁੱਕਿਆ ਸੀਗਾ ਕਿਊਬਿਕ ਦੇ ਵਿੱਚ ਕਿਸੇ ਹੋਰ ਏਜੰਟ ਤੋਂ, ਸਾਲ ਵੀ ਖਰਾਬ ਹੋ ਗਿਆ, ਵੀਜ਼ਾ ਵੀ ਰਿਜੈਕਟ ਹੋਇਆ, ਪੈਸੇ ਵੀ ਖਰਾਬ ਹੋਏ। ਫਾਈਨਲੀ ਫਿਰ ਮੈਂ ਹਮੇਸ਼ਾ ਇਹੀ ਗੱਲ ਕਰਦਾ ਹੁੰਦਾ ਵੀ ਮੈਂ ਨਹੀਂ ਕੁਛ ਵੀ ਕੀਤਾ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆ, ਮੈਂ ਇੱਕ ਜ਼ਰੀਆ ਸੀਗਾ। ਸੋ ਮੇਰੇ ਥਰੂ ਇਹ ਬੱਚੀ ਦਾ ਵਿਗੜਿਆ ਹੋਇਆ ਕੇਸ ਜਿਹੜਾ ਗੁਰੂ ਰਾਮਦਾਸ ਜੀ ਨੇ ਸਹੀ ਕਰਵਾਇਆ, ਸਹੀ ਕੀਤਾ। ਸੋ ਅੱਜ ਰੈਫਰਲ ਐਡੂਸਿਟੀ ਦੇ ਵਿਹੜੇ 'ਚ ਬਹੁਤ ਖੁਸ਼ੀਆਂ ਨੇ ਜੀ, ਅਸੀਂ ਅੱਜ ਇੱਕ ਉਹ ਕੰਮ ਕੀਤਾ ਜਿਹੜਾ ਨਹੀਂ ਹੋ ਸਕਦਾ ਸੀਗਾ। ਸੋ ਇਹ ਬੇਟੀ ਹੈ ਜੀ, ਇਹਦਾ ਵੀਜ਼ਾ ਮੈਂ ਇਹਨੂੰ ਹੈਂਡ ਓਵਰ ਕਰਦਾ ਜੀ, ਵੀਜ਼ੇ ਨੂੰ, ਬੱਚੀ ਨੂੰ। ਸੋ ਪੁੱਛਦੇ ਨਾਲੇ ਇੱਕ ਵਾਰ ਜਦੋਂ ਵੀਜ਼ਾ ਰਿਜੈਕਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਜੋ ਬੱਚਿਆਂ ਦੇ ਮਨ 'ਤੇ ਬੀਤਦੀ ਆ, ਇਹ ਆਪਾਂ ਤੁਸੀਂ ਮੈਂ ਨਹੀਂ ਦੱਸ ਸਕਦੇ, ਇਹ ਉਹ ਬੱਚੇ ਦੱਸ ਸਕਦੇ ਆ ਜਦੋਂ ਫੋਨ ਜਾਂਦਾ ਕਿ ਤੇਰਾ ਵੀਜ਼ਾ ਰਿਜੈਕਟ ਹੋ ਗਿਆ, ਔਰ ਉਸ ਤੋਂ ਬਾਅਦ ਫਿਰ ਉਹ ਬੱਚਾ ਕੀ ਕਰਦਾ, ਐਂਡ ਉਸ ਤੋਂ ਬਾਅਦ ਜਦੋਂ ਫਿਰ ਫੋਨ ਜਾਂਦਾ ਬੱਚੇ ਨੂੰ ਕਿ ਹੁਣ ਤੇਰਾ ਵੀਜ਼ਾ ਲੱਗ ਗਿਆ, ਤੇ ਫਿਰ ਕਿਹੜੀ ਖੁਸ਼ੀ ਆਉਂਦੀ ਆ। ਆਪਾਂ ਪੁੱਛਦੇ ਹਾਂ ਪ੍ਰਭਜੋਤ ਤੋਂ, ਪ੍ਰਭਜੋਤ ਆ ਲਓ ਪੁੱਤ, ਪਹਿਲਾਂ ਤਾਂ ਇਹ ਤੁਹਾਡਾ ਫਿਊਚਰ ਆ ਗਿਆ ਦੁਬਾਰਾ ਵਾਪਸ ਤੁਹਾਡੇ ਹੱਥ ਦੇ ਵਿੱਚ। ਸੋ ਹੁਣ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? Hello everyone, my name is Prabhjot Kaur Tiwana. I'm from Bathinda. Today I am very happy because I got my Canada visa. Earlier I got a refusal from Canada and that time I was very sad, but this time I cannot express my happiness because I got my visa. Here it is, you can see. So I would like to thank Raffles Educity. ਅੱਜ ਸਾਰਾ ਪਰਿਵਾਰ ਬਹੁਤ ਖੁਸ਼ ਹੈ ਜੀ, ਸਾਰੇ, ਇਹਨਾਂ ਦਾ ਵੀਜ਼ਾ ਆਇਆ, ਬੱਚੀ ਬਹੁਤ ਖੁਸ਼ ਹੈ ਜੀ, ਵੀਜ਼ਾ ਆਇਆ। ਸੋ ਇਸੇ ਤਰ੍ਹਾਂ ਸਰਵਿਸਿਜ਼ ਸਾਡੇ ਕੋਲੋਂ ਲੈਂਦੇ ਰਹੋ, ਐਵੇਂ ਮੈਂ ਦੁਆ ਕਰਦਾ ਕਿ ਬੱਚੀ ਆਪਣਾ ਅੱਗੇ ਜਾ ਕੇ ਆਪਣਾ ਵਧੀਆ ਫਿਊਚਰ ਬਣਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।